ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੋਹਾਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਵਿਰਾਸਤੀ ਅਖਾੜੇ ਦੀ ਲੜੀ ਵਿੱਚ ਸਮਰ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿੱਚ ਕਰੀਬ 52 ਬੱਚੇ ਭਾਗ ਲੈ ਰਹੇ ਹਨ। ਸੁਸਾਇਟੀ ਦੇ ਪ੍ਰਧਾਨ ਰੰਗ ਕਰਮੀ ਅਤੇ ਅਦਾਕਾਰ ਨਰਿੰਦਰ ਨੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਕੈਂਪ ਵਿੱਚ ਬੱਚਾ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਤੇ ਰੰਗ ਮੰਚ ਨਾਲ ਜੋੜਿਆ ਜਾ ਰਿਹਾ ਹੈ ਜਿਸ ਵਿੱਚ ਭੰਗੜਾ, ਗਿੱਧਾ, ਲੋਕਗੀਤ, ਲੋਕਨਾਚ ਨਾਟਕ ਦੇਸ਼ ਭక్తి ਗੀਤਾਂ ਤੇ ਅਦਾਕਾਰੀ ਮੰਚ ਸੰਚਾਲਨ ਵਿਦਵਾਵਾਂ ਦੇ ਨਾਲ ਗਤਕਾ ਵੀ ਸਿਖਾਇਆ ਜਾ ਰਿਹਾ ਹੈ ਇਸ ਵਰਕਸ਼ਾਪ ਵਿੱਚ ਡਾਇਰੈਕਟਰ ਗੋਪਾਲ ਸ਼ਰਮਾ ਅਦਾਕਾਰਾ ਸੁਖਬੀਰ ਪਾਲਕੌਰ ਮਨਦੀਪ ਸਿੰਘ ਗਗਨਦੀਪ ਗੱਗੀ ਗੁਰਸਿਮਰਨ ਸਿੰਘ ਹਰਕੀਰਤ ਪਾਲ ਸਿੰਘ ਜਗਜੀਤ ਸਿੰਘ ਹਰਦੀਪ ਸਿੰਘ ਅਨੁਰਾਗ ਆਦਿ ਬੱਚਾ ਨੂੰ ਅਲੱਗ-ਅਲੱਗ ਵਿਦਾਵਾਂ ਸਿਖਾ ਰਹੇ ਹਨ ਇਹ ਵਰਕਸ਼ਾਪ 25 ਤਰੀਕ ਤੱਕ ਲਗਾਈ ਜਾਵੇਗੀ ਤੇ ਇਹ ਪੇਸ਼ਕਾਰੀਆਂ 26 ਤਰੀਕ ਨੂੰ ਵਿਰਾਸਤੀ ਅਖਾੜੇ ਵਿੱਚ ਕੋਠੀ ਨੰਬਰ 33 ਫੇਸ 1 ਵਿੱਚ ਸ਼ਾਮੀ 6:30 ਵਜੇ ਪੇਸ਼ ਕੀਤੀਆਂ ਜਾਣਗੀਆਂ। ਅਖਾੜੇ ਵਿੱਚ ਡਾਕਟਰ ਕੁਲਬੀਰ ਗੌਰ ਵਰਕ ਨੂੰ ਰੰਗਮੰਚ ਵਿੱਚ ਦਿੱਤੀਆਂ ਸਵਾਵਾਂ ਤੇ ਕੀਤੀਆਂ ਪ੍ਰਾਪਤੀਆਂ ਅਤੇ ਸਵਰਨ ਸਿੰਘ ਯੂਐਸਏ ਨੂੰ ਭੰਗੜੇ ਤੇ ਹੋਰ ਪੰਜਾਬੀ ਲੋਕ ਨਾਚਾਂ ਲਈ ਕੰਮ ਕਰਨ ਤੇ ਪ੍ਰਚਾਰ ਪ੍ਰਸਾਰ ਲਈ ਕੀਤੇ ਕਾਰਜਾਂ ਲਈ ਸਨਮਾਨਿਤ ਵੀ ਕੀਤਾ ਜਾਵੇਗਾ।